ਨਹੀਂ ਸੀ ਮਾਣ ਇਕੱਠੇ ਤਿੰਨ ਹੋ ਗਏ ਕੱਲੇ ਸੀਗੇ ਭੂਤ ਹੁਣ ਚਿੰਨ ਹੋ ਗਏ ਅੱਗੇ ਅੱਗੇ ਵੇਖੋ ਕਿਵੇਂ ਖਾਂਦੇ ਜੁੱਤੀਆਂ ਅੱਜ ਕੱਲ ਪਿੰਡ ਵਿੱਚ ਚੋਰੀਆਂ ਬਹੁਤ ਹੋ ਰਹੀਆਂ ਨੇ ਓਏ ਹਾਂ ਯਾਰ ਸੁਣਿਆ ਤਾਂ ਮੈਂ ਵੀ ਹੈ ਆਪਾਂ ਨੂੰ ਆਪਣੇ ਆਸੇ ਪਾਸੇ ਪੂਰਾ ਪੂਰਾ ਧਿਆਨ ਰੱਖਣਾ ਚਾਹੀਦਾ ਹਾਂ ਠੀਕ ਕਿਹਾ ਗੱਲ ਸੁਣੋ ਇਹ ਆਪਾਂ ਯਾਰ ਕਰੀਏ ਕੀ ਗੱਲ ਸੁਣ ਆਪਾਂ ਮੈਂ ਕਹਿੰਦਾ ਚੋਰ ਨਾ ਫੜ ਗਿਆ ਚੋਰ ਕੀ ਚਿੜੀ ਦਾ ਬੱਚਾ ਜਿਹੜਾ ਟੋਕਰਾ ਰੱਖ ਕੇ ਛੱਡ ਲਿਆ ਚੋਰ ਲੱਭੂਗੇ ਕਿੱਥੋਂ ਸਾਧ ਦੇ ਡੇਰੇ ਚੋਂ ਗੱਲ ਸੁਣੋ ਜਮਾਂਦਰੂ ਨੰਗੋ ਚੋਰ ਤੁਹਾਡੇ ਘਰੋਂ ਆ ਕੇ ਲੈ ਕੇ ਜਾਊ ਬਈ ਕੁਛ ਵੀ ਨਹੀਂ ਤੇ ਫਿਰ ਚੋਰ ਉਹਨਾਂ ਦੇ ਘਰੇ ਜਾਊਗਾ ਜਿਨ੍ਹਾਂ ਦੇ ਕੋਈ ਚੰਗਾ ਮਾਲ ਹੋਊਗਾ ਉਹ ਪੈਸਾ ਧੇਲਾ ਤਾਂ ਸਰਪੰਚ ਦੇ ਘਰੇ ਹੈ ਚੋਰ ਤਾਂ ਉੱਥੇ ਹੀ ਆਊਗਾ ਸਿਰੇ ਲਾ ਕੇ ਗੱਲ ਲੈ ਵੀ ਐ ਕਰੋ ਫਿਰ ਸਰਪੰਚਾਂ ਦੇ ਘਰੇ ਲਾਉਂਦਿਆਂ ਨਾਕਾ ਫੜ ਕੇ ਚੋਰ ਨਾ ਰੋਸ਼ਨ ਕਰਦਿਆ ਬੁੜੇ ਤੇ ਬੁੜੀ ਦਾ ਏਦਾਂ ਕਰਿਓ ਫਿਰ ਆਪਣੇ ਨਸ਼ੇ ਪੱਤੇ ਕਰਕੇ ਪੂਰੇ ਨਾ ਰਾਤ ਨੂੰ 10 ਵਜੇ ਆ ਜਿਓ ਇਹ ਨਾ ਹੋਵੇ ਕਿਤੇ ਚੋਰ ਨੂੰ ਫੜਦੇ ਫੜਦੇ ਤੁਸੀਂ ਕੁੱਟ ਖਾ ਲਿਓ ਐ ਕਰੋ ਹੁਣ ਆਪਾਂ ਫਟਾਫਟ ਟਾਈਮ ਨਾਲ ਆਪਾਂ ਚੱਲੀਏ ਮੈਂ ਤੁਹਾਨੂੰ ਦੱਸਾਂ ਆ ਜਾਓ ਤੇ 10 ਵਜੇ ਪੂਰੇ ਕੁੱਟ ਖੜਾ ਹੋਣਾ ਤੇਰਾ ਨੈਟਵਰਕ ਹੀ ਨਹੀਂ ਕੰਮ ਕਰਦਾ ਅੰਗਰੇਜ਼ੀ ਚ ਨਾ ਟਾਰਚਾ ਕਹਿੰਦੇ ਆ ਟਾਰਚਾ ਉਹ ਜਿਹੜੀ ਜਾਂਦੀ ਹੁੰਦੀ ਆ ਹਾਂ ਅੱਛਾ ਹਾਂ ਜਗਾ ਦਾ ਫਿਰ ਇੱਧਰ ਨੂੰ ਮਾੜਾ ਜਿਹਾ ਦੇਖੀਏ ਕੋਈ ਚੋਰ ਚਾਰ ਤਾਂ ਨੀ ਫਿਰਦਾ ਹੋਇਆ ਉਹ ਯਾਰ ਖਰਾਬ ਹੈ ਉਹਦੀ ਗੇਪੀ ਲਿਆਂਦੀ ਕਿਉਂ ਜੇ ਖਰਾਬ ਤਾਂ ਸ਼ੱਕ ਦਾ ਦੇਖ ਲੋ ਜਿਹੜਾ ਸਾਡੇ ਘਰੇ ਚੋਰੀ ਕਰਨ ਦੀ ਹਿੰਮਤ ਕਰਦਾ ਉਹ ਬਾਪੂ ਤੂੰ ਉਹ ਤੈਨੂੰ ਚੋਰੀ ਕਰਦੇ ਨੂੰ ਸ਼ਰਮ ਨੀ ਆਪਦੇ ਘਰ ਚ ਮੈਂ ਕਹਿੰਦਾ ਚੋਰੀ ਕਰਦਾ ਸੀ ਮੈਂ ਤਾਂ ਚੋਰ ਨੂੰ ਫੜਨ ਆਇਆ ਸੀ ਉਹ ਫਿਰ ਚੋਰ ਕਿੱਧਰ ਗਏ ਚੋਰ ਤਾਂ ਇਹਨਾਂ ਨੇ ਫੜਾਤਾ ਚੋਰ ਦੇ ਭੁਲੇਖੇ ਕਰ ਵਾਲਾ ਕੁੱਟਿਆ ਛੱਤਰਾਂ ਦਾ ਇਹਨਾਂ ਨੇ ਖਜ਼ਾਨਾ ਲੁੱਟਿਆ ਉਲਟੇ ਛੱਤਰ ਵੇਖੋ ਪੈਣ ਲੱਗ ਪਏ ਅਸੀਂ ਹਾਂ ਬੇਦੋਸ਼ ਤੈਨੂੰ ਕਹਿਣ ਲੱਗ ਪਏ ਅਸੀਂ ਹਾਂ ਬੇਦੋਸ਼ ਤੈਨੂੰ ਕਹਿਣ ਲੱਗ ਪਏ ਉਹ ਮੈਂ ਤਾਲੀ ਗੱਲ ਓਏ ਆ ਗਏ ਉਹ ਗੱਲ ਸੁਣੋ ਬਈ ਆਪਾਂ ਤਾਂ ਨਹੀਂ ਇਸ ਉਮਰ ਦੇ ਵਿੱਚ ਕੁੱਤ ਖਾਨਾ ਹੁੰਦਾ ਬਈ ਹੁਣ ਮਰ ਜਮਾ ਗੁੜ ਖਾ ਕੇ ਆ ਤੀਮਿਆਂ ਦੇ ਛਿੱਤਰ ਤਾਂ ਚੱਲੇ ਜਾਂਦੇ ਆ ਪਰ ਸਰਪੰਚ ਦੇ ਮੁੰਡਿਆਂ ਦੀ ਡਾਂਗਾ ਨਹੀਂ ਚੱਲੇ ਜਾਂਦੀ ਹਲੇ ਤੇ ਮੋਢੇ ਦੁਖਦੇ ਆ ਕੀ ਗੱਲ ਆ ਭਰਾਵੋ ਆਪਾਂ ਬਾਲੀ ਬਹਾਦਰੀ ਨੂੰ ਰਹਿਣ ਦਿਓ
ਆਪਾਂ ਕੋਈ ਛੋਟੀ ਮੋਟੀ ਸਮਾਜ ਸੇਵਾ ਕਰਕੇ ਕਿ ਨਾ ਛੋਟਾ ਮੋਟਾ ਨਾਮ ਨਾ ਖੱਟ ਲੈਣੇ ਆ। ਪੱਕੀ ਗੱਲ ਆ ਤੇਰੀ, ਪੱਕੀ ਗੱਲ। ਹਾਏ ਓਏ ਰੱਬਾ, ਕੀ ਖੱਟੇ ਹੋਏ ਡਾਂਗ ਵਰਗਾ ਮੁੰਡਾ ਜੰਮ ਕੇ ਸਾਲਾ ਸਾਰਾ ਦਿਨ ਸ਼ਰਾਬ ਦੇ ਨਸ਼ੇ ਚ ਧੱਤ ਰਹਿੰਦਾ, ਐਦੂ ਤਾਂ ਮੈਂ ਛੱਡੇ ਹੀ ਚੰਗਾ। ਓ ਨਾ 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 ਬਾਬਾ, ਛੜੇ ਦੀ ਗੱਲ ਨਾ ਕਰ, ਛੜਿਆਂ ਦੀ ਜ਼ਿੰਦਗੀ ਬਾਰੇ ਤੂੰ ਸਾਤੋਂ ਪੁੱਛ, ਕਹਿ ਜੀ ਨਰਕਾਂ ਦੀ ਜ਼ਿੰਦਗੀ ਆ। ਆਏ ਹਾਏ, ਹਜੇ ਤੱਕ ਪੁੜੇ ਦੁਖਦੇ ਆ। ਓ ਕੀ ਕਰਾਂ ਮੁੰਡਿਓ, ਉਹ ਐਡਾ ਡਾਂਗ ਵਰਗਾ ਮੁੰਡਾ ਹੁੰਦੇ ਹੋਏ ਵੀ ਮੈਨੂੰ ਬਿਮਾਰੀ ਦੀ ਹਾਲਤ ਚ ਮੱਝਾਂ ਆਪ ਚਾਰਨੀਆਂ ਪੈਂਦੀਆਂ। ਤੂੰ ਮੈਂ ਕਹਿੰਦਾ ਬਾਪੂ, ਐਂ ਕਰ, ਘਰੇ ਜਾ ਕੇ ਘੋੜੇ ਵੇਚ ਕੇ ਸੌਂ ਜਾ, ਤੇ ਮੱਝਾਂ ਤੇਰੀਆਂ ਅਸੀਂ ਵੇਚ ਨਾ, ਮੱਝਾਂ ਤੇਰੀਆਂ ਅਸੀਂ ਚਾਰ ਕੇ ਲਿਆਉਂਦੇ ਆ। ਵਾਹ ਬਈ, ਜਾਂਦੇ ਰਹੋ। ਓ ਬਾਬਾ, ਜੇ ਸੀਸ ਦੇਣੀਆਂ ਕੋਈ ਚੱਜ ਦੀ ਦੇ, ਕਿਉਂਕਿ ਕੀ ਅਸੀਂ 10 ਡੋਡੇ ਲੈਣੇ ਆ, ਤੂੰ ਕੋਈ ਸਾਡੇ ਵਿਆਹ ਬੂਹ ਵਾਲਾ ਨਲਕਾ ਗੇੜ। ਓ ਚੰਗਾ ਬਾਈ ਪੁੱਤਰੋ, ਰੱਬ ਤੁਹਾਡਾ ਵਿਆਹ ਛੇਤੀ ਕਰ। ਲਵੇ ਸਰੇ ਲੱਗੀ ਬਾਪੂ ਗੱਲ, ਬਾਪੂ ਤੇ ਤੂੰ ਸੌਂ ਜਾ, ਘਰੇ ਜਾ ਕੇ ਮਾਲ ਤੇਰਾ ਅਸੀਂ ਚਾਰ ਕੇ ਲਿਆਉਣੇ ਆ। ਖੋਲਿਆ ਖਰਾ, ਮੈਥੋਂ ਤਾਂ ਦੁਖਦੇ ਗੋਡਿਆਂ ਨਾਲ ਉੱਠ ਬੈਠ ਵੀ ਨੀ ਹੁੰਦਾ ਵੇ। ਹਾਏ ਸ਼ਗਨ ਮਨਾ, ਰੱਬ ਛੜਿਆਂ ਦੇ ਵਿਆਹ ਕਰਵਾ, ਛੜਿਆਂ ਦੀ ਕਾਹਦੀ ਜ਼ਿੰਦਗੀ। ਹੈਡ ਬਣਾਇਆ ਤੂੰ ਸਾਡਾ ਬੂਟਾ, ਦਿੱਤਾ ਨਾ ਪਰ ਇਸ਼ਕ ਦਾ ਝੂਟਾ। ਹੈਡ ਬਣਾਇਆ ਤੂੰ ਸਾਡਾ ਬੂਟਾ, ਦਿੱਤਾ ਨਾ ਪਰ ਇਸ਼ਕ ਦਾ ਝੂਟਾ। ਤੀਵੀਆਂ ਵਾਲੇ ਖਾਣ ਪਰੌਂਠੇ, ਸਾਡੇ ਪੱਲੇ ਸੁਲਫਾ ਸੂਟਾ। ਹਏ ਤੈਨੂੰ ਹੋ ਜੇ ਕਾਲੇ ਪਾਣੀ ਦੀ ਸਜ਼ਾ, ਛੜਿਆਂ ਦੀ ਕਾਹਦੀ ਜ਼ਿੰਦਗੀ। ਰੱਬ ਛੜਿਆਂ ਦੇ ਵਿਆਹ ਕਰਵਾ, ਛੜਿਆਂ ਦੀ ਕਾਹਦੀ ਜ਼ਿੰਦਗੀ। ਹਏ ਛੜਿਆਂ ਦੇ ਵਿਆਹ ਕਰਵਾ, ਛੜਿਆਂ ਦੀ ਕਾਹਦੀ ਜ਼ਿੰਦਗੀ। ਛੜਿਆਂ ਦੀ ਕਾਹਦੀ ਜ਼ਿੰਦਗੀ। ਹਏ
ਖੱਟੂ ਦੀਦਾਰੀ ਮੇਰੇ ਸਾਲੇ ਨੂੰ ਖੱਟੂ ਜੋ ਸਾਰੀ ਫਸਲ ਜਾੜ ਕੇ ਰੱਖਦੀ ਭਾਈ ਸਾਹਿਬ ਤੁਹਾਡੀਆਂ ਸਾਡੇ ਖੇਤਾਂ ਜਾ ਬੜੀਆਂ।